ਇੱਕ ਬਾਈ ਜੀ, ਤੁਹਾਡੀ ਵੀਡੀਓ ਪਹਿਲਾਂ ਵੀ ਵਾਇਰਲ ਹੋਈ ਸੀ, ਸਾਡੇ ਚੈਨਲ 'ਤੇ ਵੀ ਚੱਲੀ ਸੀ, ਜਿੱਥੇ ਇੱਕ ਬਜ਼ੁਰਗ ਨੇ ਦੀਪ ਸਿੱਧੂ ਨੂੰ ਲੈ ਕੇ ਸਵਾਲ ਕੀਤਾ ਸੀ, ਸ਼ਾਇਦ ਆਟੋ ਚਾਲਕ ਸੀ ਅਤੇ ਦਸਤਾਰਧਾਰੀ ਸੀ ਉਹ ਵੀ, ਤਾਂ ਉੱਥੇ ਜਿਹੜਾ ਕੀ ਹੈ ਬਹਿਸ ਹੁੰਦੀ ਹੈ, ਝਗੜਾ ਹੁੰਦਾ, ਤੁਸੀਂ ਧੱਕਾ ਦਿੰਦੇ ਹੋ ਅਤੇ ਉਹਨਾਂ ਦੀ ਦਸਤਾਰ ਉੱਤਰ ਜਾਂਦੀ ਹੈ, ਅਤੇ ਪ੍ਰਵਾਸੀ ਕੁਛ ਉਸ ਆਟੋ ਦੇ ਵਿੱਚ ਸਵਾਰ ਸੀ ਅਤੇ ਉਹ ਦੇਖ ਕੇ ਹੱਸਦੇ ਆ। ਬਹੁਤ ਲੋਕਾਂ ਨੇ ਸਾਨੂੰ ਵੀ ਫੋਨ ਕੀਤੇ ਕਿ ਤੁਸੀਂ ਇਹੋ ਜਿਹੀਆਂ ਵੀਡੀਓ ਕਿਉਂ ਚਲਾ ਰਹੇ ਹੋ, ਤੁਹਾਡੇ ਉੱਤੇ ਇਹ ਦੋਸ਼ ਲਾਏ ਵੀ ਇਹ ਤਾਂ ਆਪ ਹੁਣ ਨਿਹੰਗ ਸਿੰਘ ਬਣੇ ਨੇ, ਪਹਿਲਾਂ ਤਾਂ ਅਮਲੀ ਸੀ, ਚਿੱਟਾ ਲਾਉਂਦਾ ਸੀ, ਇਹੋ ਜਿਹੀ ਗੱਲ ਹੈ? ਮੈਂ ਹੁਣ ਸਾਰਿਆਂ ਨੂੰ ਮੇਰੀ ਇੰਟਰਵਿਊਆਂ ਵੀ ਪਈਆਂ ਪਹਿਲਾਂ, ਹੈ ਨਾ, ਕੋਈ ਸਾਡੇ ਸ਼ਹੀਦਾਂ ਸਿੰਘ ਨੂੰ ਮਾੜਾ ਬੋਲੂਗਾ ਅਸੀਂ ਕਦੇ ਨਹੀਂ ਬਖਸ਼ਣਾ। ਹਰੇ ਤਾਂ ਉਹਦੇ ਹਰੇ ਮੈਂ ਧੱਕਾ ਹੀ ਮਾਰਿਆ ਸੀ, ਹੈ ਨਾ, ਉਹਦੇ ਹਰੇ ਡਾਂਗਾ ਸੋਟ ਹੀ ਫੇਰਿਆ ਸੀ, ਇਦੂ ਬਾਅਦ ਅਸੀਂ ਪੱਕਾ ਸੋਧਾ ਲਾਇਆ ਕਰਾਂਗੇ, ਹੈ ਨਾ, ਕੋਈ ਸ਼ਹੀਦਾਂ ਸਿੰਘਾਂ ਨੂੰ। ਉਹ ਸ਼ਹੀਦ ਸਿੰਘ ਕੌਮੀ ਯੋਧਾ ਭਾਈ ਸੰਦੀਪ ਸਿੰਘ ਦੀਪ ਸਿੱਧੂ, ਕਿੰਨਾ ਕਰਕੇ ਅੱਜ ਮੈਂ ਜਿਉਂਦਾ ਫਿਰਦਾ, ਮੈਂ ਇੰਨੀ ਹਰਿਆੜੀ ਜੋ ਉਹ ਦੀਪ ਸਿੱਧੂ ਜਗਾ ਗਿਆ ਉਹ ਬੰਦਾ, ਅਸੀਂ ਉਹਨਾਂ ਨੂੰ ਮਾੜਾ ਨਹੀਂ ਬੋਲਣ ਦਿੰਦਾ ਕੋਈ ਵੀ ਸ਼ਹੀਦ ਸਿੰਘ ਨੂੰ। ਜੇ ਇੱਥੇ ਮੈਂ ਤੁਹਾਨੂੰ ਇੱਕ ਸਵਾਲ ਕਰ ਲੈਣਾ ਕਿ ਜੇ ਉਹਨਾਂ ਨੇ ਸਵਾਲ ਪੁੱਛ ਹੀ ਲਿਆ ਸੀ, ਤੁਸੀਂ ਬਿਠਾ ਕੇ ਉਹਨਾਂ ਨੂੰ ਦੱਸਦੇ ਵੀ ਭਾਈ ਜੀ ਉਹਨਾਂ ਦੀ ਆਹ ਪ੍ਰਾਪਤੀਆਂ ਨੇ, ਕਿਉਂਕਿ ਬਾਬੇ ਨਾਨਕ ਦਾ ਫਲਸਫਾ ਤਾਂ ਆਪਾਂ ਨੂੰ ਵਿਚਾਰ ਕਰਨਾ ਸਿਖਾਉਂਦਾ ਨਾ, ਕਿ ਆਪਾਂ ਸਵਾਲ ਸੁਣਨੇ, ਜਵਾਬ ਦੇਣੇ। ਆਪਾਂ ਜੇ ਕਿਸੇ ਚਿੱਟੀ ਦਾੜੀ ਵਾਲੇ ਆਪਣੇ ਹੀ ਬਜ਼ੁਰਗ ਨੂੰ ਇਸ ਤਰੀਕੇ ਕਰਾਂਗੇ ਤਾਂ ਫਿਰ ਬਹੁਤ ਲੋਕਾਂ ਨੇ ਨੈਗੇਟਿਵ ਵੀ ਬੋਲਿਆ ਵੀ ਇਹ ਗਲਤ ਕੀਤਾ ਨਿਹੰਗ ਸਿੰਘਾਂ ਨੇ। ਉਹ ਬੋਲ ਲਿਆ ਹੈ ਨਾ, ਕਿਹੜੀ ਗਰਾਮਵੇਲੀ ਸੋਚ ਹੁੰਦੀ ਆ, ਇਹ ਗਰਾਮਵੇਲੀ ਸੋਚ ਆ, ਹੈ ਨਾ, ਉਹ ਬਹੁਤ ਉੱਤੋਂ ਦੀ ਲੰਘ ਗਿਆ ਸੀ, ਹੈ ਨਾ, ਗਾਹਾਂ ਸਾਰਿਆਂ ਨੂੰ ਪਤਾ ਹੀ ਆ ਉੜੇ, ਹੈ ਨਾ, ਨਿਹੰਗ ਸਿੰਘ ਕੋਲੀ ਸੀ ਉਦੋਂ ਵੀ, ਉਹਨਾਂ ਨੇ ਉਹ ਆਖਿਆ ਹੈ ਨਾ, ਹਰੇ ਤਾਂ ਉਹਨੂੰ ਬੰਨਿਆ ਨਹੀਂ ਸੀ, ਜੇ ਸਾਨੂੰ ਕਿਤੇ ਮੋਰਚੇ 'ਤੇ ਲਵੇ ਤਾਂ ਵੀ ਦੇਖੇਗਾ, ਉਦੋਂ ਬਾਅਦ ਅਸੀਂ ਬੰਨ ਕੇ ਸੋਧਾ ਲਾਵਾਂਗੇ ਇਹੋ ਵੀ ਬੰਦੇ ਦਾ। ਫਿਰ ਉਹੀ ਸਵਾਲ ਦੁਹਰਾਉਣਾ ਕਿ ਉਸ ਨੂੰ ਬਿਠਾ ਕੇ ਸਮਝਾਇਆ ਨਹੀਂ ਸੀ ਜਾ ਸਕਦਾ, ਗੱਲ ਕਰ ਲੈਂਦੇ ਆਪਾਂ। ਗੱਲਬਾਤ ਉਹਦੇ ਨਾਲ ਕੀਤੀ ਸੀ, ਹੈ ਨਾ, ਜਦੋਂ ਉਹਨਾਂ ਨੂੰ ਸ਼ਹੀਦਾਂ ਸਿੰਘਾਂ ਨੂੰ, ਉਹ ਕਹਿੰਦਾ ਸੰਤ ਜਗਨ ਸਿੰਘ ਭਿੰਡਰਾਂ ਵਾਲੇ ਨਾਲ ਇਹਦੀ ਦੀਪ ਸਿੱਧੂ ਦੀ ਕਿਉਂ ਫੋਟੋ ਲਾਈ ਆ, ਉਹਨੂੰ ਪੁੱਛਣ ਵਾਲਾ ਹੋਵੇ, ਸੰਤ ਜਗਨ 127 ਦੇਸ਼ਾਂ ਨੇ ਉਹਨੂੰ ਕੌਮੀ ਸ਼ਹੀਦ ਮੰਨਿਆ, ਮੈਂ ਇਕੱਲੇ ਨੇ ਉਹਨੂੰ ਸ਼ਹੀਦ ਕਹਿਤਾ, 127 ਦੇਸ਼ਾਂ ਨੇ ਉਹਨੂੰ ਸ਼ਹੀਦ ਮੰਨਿਆ, ਅਸੀਂ ਇਕੱਲਿਆਂ ਨੇ ਨਹੀਂ ਮੰਨਿਆ ਨਹੀਂ, ਅਸੀਂ ਉਹਦੇ ਨਾਲ ਬਹਿ ਕੇ ਵੀ ਗੱਲ ਖਿਲਾ ਕੇ ਵੀ ਗੱਲ ਕਰੀ ਆ, ਉਹ ਨਹੀਂ ਮੰਨਿਆ, ਜਦੋਂ ਉਹ ਉੱਤੋਂ ਦੀ ਲੰਘ ਗਿਆ ਮੈਂ ਉਦੋਂ ਬਾਅਦ ਆਪਦਾ ਡਾਂਗ ਸੋਟਾ ਫੇਰਿਆ। ਇੱਥੇ ਤਾਂ ਬਾਈ ਹੁਣ ਆਪਣੇ ਹੀ ਜਿਨ੍ਹਾਂ ਨੇ ਕੌਮ ਵਾਸਤੇ ਕੁਰਬਾਨੀਆਂ ਵੀ ਕੀਤੀਆਂ, ਮੈਂ ਰਣਜੀਤ ਸਿੰਘ ਕੁੱਕੀ ਗਿੱਲ ਹੋਣਾ ਦੀ ਗੱਲ ਕਰ ਰਿਹਾ, ਉਹਨਾਂ ਨੇ ਦੇਖੋ 13-14-18 ਸਾਲ ਜੇਲ੍ਹ ਵੀ ਕੱਟੀ ਲਲਿਤ ਮਾਕਨ ਦੇ ਕਤਲ ਦੇ ਦੋਸ਼ ਦੇ ਵਿੱਚ, ਜਦਕਿ ਉਹ ਵੀ ਸਰਦੇ ਘਰੋਂ ਸੀ, ਪਰ ਉਹ ਵੀ ਇਹ ਸਵਾਲ ਚੁੱਕਦੇ ਨੇ ਵੀ ਤੁਸੀਂ ਜਿਨ੍ਹਾਂ ਸ਼ਹੀਦਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ, ਤੁਸੀਂ ਇੱਕ ਆਮ ਐਕਸੀਡੈਂਟ ਵਾਲੀ ਮੌਤ ਵਾਲੇ ਬੰਦੇ ਨੂੰ ਨਾ ਉਹਨਾਂ ਦੇ ਬਰਾਬਰ ਕਿਉਂ ਲਾ ਰਹੇ ਹੋ ਫੋਟੋਆਂ? ਇਹ ਸਵਾਲ ਤਾਂ ਕੁੱਕੀ ਗਿੱਲ ਵੀ ਚੁੱਕਦੇ ਨੇ। ਉਹੀ ਯਾਰ, ਇਹ ਸਾਰੀ ਇਹਨਾਂ ਦੀ ਕਰਾਮਬੇਲੀ ਸੋਚ ਆ, ਹੈ ਨਾ, ਇਹਨਾਂ ਦੀ ਅਸੀਂ ਥੋੜ੍ਹੀ ਲਈਆਂ, ਇਹ ਜਦੋਂ ਬਾਹਰਲੇ ਦੇਸ਼ਾਂ ਨੇ 127 ਦੇਸ਼ਾਂ ਨੇ ਉਹਨੂੰ ਕੌਮੀ ਸ਼ਹੀਦ ਮੰਨਿਆ, ਇਕੱਲੇ ਪੰਜਾਬ ਦੇ ਗੁਰਦੁਆਰਿਆਂ ਦੇ ਵਿੱਚ, ਹੁਣ ਪਿੱਛੇ ਸੰਤਾਂ ਦੀ ਫੋਟੋ ਤੋਂ ਵੀ ਵਿਵਾਦ ਕੀਤਾ ਸੀ, ਹੁਣ ਸੰਤ ਜੋਇਆ ਸਿੰਘ ਚੋਣਲੇ ਮੁਖੀ ਸੀ, ਹੈ ਨਾ, ਦੁਰਾਨੀ ਸਰਕਾਰ ਦੇ, ਹੈ ਨਾ, ਪਹਿਲੇ ਮੁਖੀ ਸੀ ਬਾਬਾ ਦੀਪ ਸਿੰਘ ਦੀ ਫੋਟੋ, ਉਹਨਾਂ ਦੇ ਜਨਮ ਸਥਾਨ 'ਤੇ, ਹੈ ਨਾ, ਸੰਤਾਂ ਦੀ ਫੋਟੋ ਤੋਂ ਵਿਵਾਦ ਕੀਤਾ, ਇਹ ਸਾਰੇ ਪਸੰਦ ਆ, ਕਿੰਨੇ ਗੁਰੂ ਘਰਾਂ ਵਿੱਚ ਸਾਰੇ ਪਸੰਦ ਬੈਠੇ ਆ, ਜਦੋਂ ਆਪਣੇ ਗੁਰੂ ਘਰਾਂ ਵਿੱਚ, ਹੈ ਨਾ, ਸਾਰੀਆਂ ਸਿੱਖ ਜਥੇਬੰਦੀਆਂ ਦਾ ਰਾਜ ਹੋ ਗਿਆ, ਰਾਜ ਕਾਇਮ ਆਪ ਹੀ ਹੋ ਜੂਗਾ।